ਲਓ ਜੀ, ਹੁਣ ਇੱਕ ਮੈਂ ਬਹੁਤ ਸੋਹਣੀ ਜਿਹੀ ਮੂਵੀ ਦੇਖੀ ਹੈ ਅਤੇ ਹੁਣ ਕੁਲਬੀਰ ਚਿੰਜਰ ਵੀਰਾਂ ਨਾਲ ਨੇ। ਕਿਵੇਂ ਹੋ ਭਾਅ ਜੀ? ਵਧੀਆ ਜੀ, ਠੀਕ ਠਾਕ। ਅੱਛਾ ਭਾਅ ਜੀ, ਮੂਵੀ ਦੇਖੀ ਹੈ, ਕਿਵੇਂ ਦੀ ਲੱਗੀ? ਵਧੀਆ, ਬਹੁਤ ਸੋਹਣੀ। ਅੱਛਾ, ਆਪਣੇ ਦੋਸਤ ਨੂੰ ਇਸ ਰੂਪ 'ਚ ਦੇਖਣਾ ਅੜਬ ਵਾਲੇ, ਇੱਦਾਂ ਹੀ ਦੇਖ, ਫਿਲਮ 'ਚ ਹੀ ਦੇਖੇ ਵੈਸੇ, ਆਮ ਲਾਈਫ 'ਚ ਵੀ? ਨਹੀਂ, ਆਮ ਲਾਈਫ 'ਚ ਲੋਕਾਂ ਲਈ ਹੋਣਾ ਅੜਬ ਸਾਡੇ ਲਈ ਨਹੀਂ ਹੈਗਾ। ਕਿਆ ਬਾਤ ਹੈ। ਅੱਛਾ, ਉਹ ਜੇ ਉਹਨਾਂ ਦੀ ਫੋਲੋਇੰਗ ਦੀ ਗੱਲ ਕੀਤੀ ਜਾਵੇ, ਉਹ ਫੋਲੋ ਵੀ ਸਿਰਫ ਇੱਕ ਹੀ ਬੰਦੇ ਨੂੰ ਕਰ ਰਹੇ ਹੋ, ਉਹ ਤੁਸੀਂ, ਅਤੇ ਤੁਹਾਡੀ ਬਹੁਤ ਜ਼ਿਆਦਾ ਖਾਸ ਦੋਸਤੀ ਆ, ਤਾਂ ਉਹ ਇੰਨੀ ਦੋਸਤੀ ਕਰਕੇ ਹੀ ਅੱਜ ਇੱਥੇ ਹੋ, ਅਤੇ ਜਦ ਦੋਸਤ ਇੰਨਾ ਨਾਮ ਕਰ ਰਿਹਾ ਨਾ, ਤੁਹਾਡੇ ਦੋਹਾਂ ਦੀ ਦੋਸਤੀ ਹੈ ਜਿਹੜੀ ਟੁੱਟੀ ਨਹੀਂ ਹਾਲੇ ਤੱਕ, ਬਹੁਤ ਰੱਬ ਕਰੇ ਇੱਦਾਂ ਹੀ ਚੱਲਦੀ ਰਹੇ, ਕਿਉਂਕਿ ਬਹੁਤ ਟੀਮਾਂ ਟੁੱਟਦੀਆਂ ਦੇਖੀ, ਟੁੱਟਣੀ ਵੀ ਨਹੀਂ ਹੈਗੀ। ਹਾਂ, ਇਹ ਸਾਡੇ ਟੁੱਟਣ 'ਤੇ ਜਦੋਂ ਸਾਹ ਸੂਹ ਖਤਮ ਹੋ ਗਏ, ਉਹਦੇ ਬਾਅਦ ਕੀ ਕਹਿਣਾ, ਉੱਦਾਂ ਟੁੱਟਦੀ। ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਵਧਾਈਆਂ, ਬਹੁਤ ਸੋਹਣੀ ਮੂਵੀ ਬਣੀ ਹੈ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ। ਅੱਛਾ, ਮੂਵੀ ਦੇਖ ਕੇ ਕਿਹੋ ਜਿਹਾ ਲੱਗਿਆ, ਕਿਉਂਕਿ 2 ਸਾਲ ਪਹਿਲਾਂ ਦੀ ਸ਼ੂਟ ਹੋਈ ਹੋਈ ਆ, ਉਹ ਮੈਮਰੀਆਂ ਰੀਫਰੈਸ਼ ਹੋਈਆਂ, ਸਾਰੀਆਂ ਸ਼ੂਟ ਕਰਦੇ ਵੀ? ਸਾਰਾ ਕੁਛ ਉਹ ਮਤਲਬ ਭੁੱਲਦਾ ਨਹੀਂ ਹੁੰਦਾ, ਜਦੋਂ ਤੁਸੀਂ ਕੰਮ ਕਰਦੇ ਹੋ ਨਾ ਇਕੱਠੇ, ਕੋਈ ਵੀ ਕਿਸੇ ਵੀ ਮੂਵੀ ਦਾ ਤੁਹਾਨੂੰ ਭੁੱਲਦਾ ਨਹੀਂ, ਅਤੇ 2 ਸਾਲ ਤਾਂ ਹਜੇ ਸਮਾਂ ਹੀ ਕੁਛ ਨਹੀਂ ਹੋਇਆ ਹੈ ਨਾ, ਜੇ ਆਪਾਂ ਕਹਿ ਦਈਏ, ਅਤੇ ਜਦੋਂ ਦੇਖਦੇ ਹਾਂ ਤਾਂ ਜਿਹੜਾ ਕੁਛ ਮਾੜਾ ਮੋਟਾ ਵੀ ਕੋਈ ਵਿਸਰਿਆ ਹੁੰਦਾ, 2-1 ਪਲ ਵੀ, ਤਾਂ ਉਹ ਵੀ ਸਾਰਾ ਚੇਤੇ ਆ ਜਾਂਦਾ। ਅੱਛਾ, ਇਹ ਕਿਹੜਾ ਸੀਨ ਸੀ ਜਿਹੜਾ ਦੇਖ ਕੇ ਯਾਦ ਆ? ਅੱਛਾ, ਇਹ ਵੀ ਕੀਤਾ? ਨਹੀਂ ਯਾਰ, ਸਾਰੇ ਸੀਨ ਸੀਗੇ, ਸਗੋਂ ਕਈ ਸੀਨ ਇੱਦਾਂ ਦੇ ਆ ਜਿਹੜੇ ਅਸੀਂ ਬਾਅਦ 'ਚ ਐਡਿਟ ਕਰਕੇ ਜਿਵੇਂ ਟ੍ਰਿਮ ਕੀਤੇ ਹੁੰਦੇ ਆ ਨਾ, ਉਹ ਚੀਜ਼ਾਂ ਹੈਗੀਆਂ, ਬਟ ਯਾਦ ਤਾਂ ਸਾਰੇ A to Z ਸਾਰੇ ਯਾਦ ਸੀ। ਅੱਛਾ ਭਾਈ, ਬਹੁਤ ਅੜਬ ਦਿਖਾਇਆ ਇਸ 'ਚ, ਗਾਣਾ ਵੀ ਆ ਬੜਾ ਅੜਬ, ਅਸੂਲੀ ਵੀ ਹੈ ਨਾ, ਅਤੇ ਸੱਚੀ ਰੀਅਲ ਲਾਈਫ 'ਚ ਵੀ ਇੰਨੇ ਅੜਬ ਹੋ ਜਾਂ ਇਹ ਮੂਵੀ? ਨਹੀਂ, ਮਤਲਬ ਰੀਅਲ ਲਾਈਫ 'ਚ ਇੰਨਾ ਤਾਂ ਨਹੀਂ ਗਾ, ਮੂਵੀ ਦੇ ਵਿੱਚ ਇਹ ਕਰੈਕਟਰ ਆ, ਅਤੇ ਕਰੈਕਟਰ ਮਤਲਬ ਇਹ ਬਹੁਤ ਐਕਸਟ੍ਰੀਮ ਸੀ, ਮੇਰੇ ਲਈ ਕਰਨਾ ਔਖਾ ਵੀ ਕਹਿ ਲਓ ਹੈ ਨਾ, ਪਰ ਜਿੱਥੇ ਔਖਾ ਹੋਵੇ ਉੱਥੇ ਹੀ ਸਵਾਦ ਆਉਂਦਾ। ਇਹਨੂੰ ਟਾਈਮ ਲੱਗਿਆ ਸੀ, ਟਾਈਮ ਟੇਕਿੰਗ ਸੀਗਾ ਇਹਨੂੰ ਕਰਨਾ ਪਹਿਲਾਂ, ਅਤੇ ਹੁਣ ਮੈਨੂੰ ਲੱਗਦਾ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਇਹੀ ਸੀ, ਜਿੰਨਿਆਂ ਨੇ ਸਾਰਿਆਂ ਨੇ ਦੇਖੀ, ਸਾਰੇ ਇਹ ਕਹਿੰਦੇ ਵੀ ਯਾਰ ਤਰਸੇਮ ਜੱਸੜ ਨਹੀਂ ਲੱਗਿਆ, ਤਾਂ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਇਹੀ ਆ ਵੀ ਤਰਸੇਮ ਜੱਸੜ ਨਹੀਂ ਲੱਗਿਆ, ਦੈਟ ਮੀਨਸ ਉਹਨਾਂ ਨੂੰ ਉਹ ਨਵਾਂ ਕਿਰਦਾਰ ਲੱਗਿਆ। ਬਿਲਕੁਲ ਭਾਈ, ਇੱਕ ਬਹੁਤ ਚੰਗੀ ਮੂਵੀ ਡਿਲੀਵਰ ਕੀਤੀ ਹੈ, ਲੋਕਡਾਊਨ ਨੇ ਬਹੁਤ ਲੱਗ ਗਿਆ ਸੀਗਾ, ਹੁਣ ਫਾਈਨਲੀ ਜੇ ਰਿਲੀਜ਼ ਹੋ ਰਹੀਆਂ ਫਿਲਮਾਂ, ਕਿੱਦਾਂ ਦੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ, ਮੈਨੂੰ ਲੱਗਦਾ ਇਹ ਤੋਂ ਵੱਧ ਖੁਸ਼ੀ ਕਿਸੇ ਨੂੰ ਵੀ ਨਹੀਂ ਹੋ ਸਕਦੀ ਹੈ ਨਾ, ਜਦੋਂ ਆਪਣਾ ਤੁਹਾਡਾ ਪਿਆਰ ਨਾਲ ਬਣਾਈ ਚੀਜ਼ ਜਿਨ੍ਹਾਂ ਲਈ ਬਣਾਈ ਹੈ ਉਹਨਾਂ ਤੱਕ ਡਿਲੀਵਰ ਕਰਦੇ ਹਾਂ। ਝਿੰਜਰ ਵੀਰ ਨੂੰ ਮੈਂ ਪੁੱਛਿਆ ਸੀ, ਮੈਂ ਭਾਈ ਸੱਚੀ 'ਚ ਅੜਬ ਹੈ ਜਾਂ ਨਹੀਂ, ਕਹਿੰਦੇ ਬਾਕੀਆਂ ਲਈ ਹੋਊਗਾ, ਸਾਡੇ ਲਈ ਤਾਂ ਨਾ ਹੈ ਨਹੀਂ, ਉਹਨੂੰ ਪਤਾ। ਥੈਂਕ ਯੂ ਸੋ ਮਚ, ਠੀਕ ਹੈ ਜੀ, ਲਵ ਯੂ।